Lodi! Live. ਠੀਕ ਹੈ ਸਤਿ ਸ਼੍ਰੀ ਅਕਾਲ ਜੀ ਲੈ ਜੀ ਬਾਅਦ ਬੜੀ ਖੁਸ਼ੀ ਦੀ ਗੱਲ ਹੈ ਕਿ ਆਪਣਾ ਸਰਦਾਰ ਸ੍ਰੀ ਸਰਦਾਰ ਬਿੱਟੂ ਸਿੰਘ ਜੀ ਕੜਵਾਲ ਤੇ ਸਾਰੇ ਪਹੁੰਚੇ ਨੇ ਪੁਰਾਣੇ ਮਿੱਤਰ ਖਾਸ ਕਰਕੇ ਘਿਰਕਾ ਗਰੁੱਪ ਸਾਡਾ ਕਾਲਜ ਵਾਲੇ ਹੋਸਟਲ ਦੇ ਦੋਸਤ ਮਿੱਤਰ ਸਾਰੇ ਅੱਜ ਇਕੱਠੇ ਹੋਏ ਨੇ ਮੈਂ ਤੁਹਾਡੇ ਨਾਲ ਇੰਟਰੋਡਕਸ਼ਨ ਕਰਾ ਰਿਹਾ ਜਿਹੜੇ ਸੱਜਣਾ ਮਿੱਤਰਾਂ ਦੇ ਨਾਲ ਰਲ ਮਿਲ ਕੇ ਬੜਾ ਟਾਈਮ ਲੰਘਾਇਆ ਅੱਜ ਬੜੀ ਮੇਰੇ ਲਈ ਗੱਲ ਹੈ ਕਿ ਘਰ ਆਏ ਨੇ ਸਭ ਤੋਂ ਪਹਿਲਾਂ ਹਰਦੀਪ ਸਿੰਘ ਜੀ ਬਿੱਟੂ ਕੜਵਾਲ ਸਾਹਿਬ ਵੈਲਕਮ ਬੋਲੇ ਠੀਕ ਹੈ ਜੀ ਠੀਕ ਹੈ ਉਸ ਤੋਂ ਬਾਅਦ ਮੈਂ ਇੰਟਰੋਡਕਸ਼ਨ ਕਰ ਰਿਹਾ ਵਕੀਲਾ ਜੀ ਹਾਰ ਲਓ ਪਾਲਿਆ ਜੀ ਆਪਣੇ ਆਪ ਜੀ ਲਿਆ ਦੇ ਦਿਓ ਭਾਜੀ ਹਾਂਜੀ ਹਾਂਜੀ ਠੀਕ ਹੈ ਹੁਣ ਤੁਹਾਨੂੰ ਸਾਡੇ ਗਰੁੱਪ ਦਾ ਮੇਨ ਜਿਹੜਾ ਕਿ ਹੀਰਾ ਅਨਮੋਲ ਰਤਨ ਪੁਰਾਣਾ ਆੜੀ ਸਾਡਾ ਸਰਜੀਤ ਸਵਾਮੀ ਜੀ ਆ ਲਓ ਪਾਇਓ ਆਪੇ ਪਾ ਠੀਕ ਹੈ ਹਾਂਜੀ 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 ਤੇ ਪਾਣੀ ਪੀ ਰਹੇ ਨੇ ਸਵਾਮੀ ਜੀ ਪਹੁੰਚੇ ਨੇ ਘਰ ਤੇ ਰਾਜੂ ਜਲਾਲ ਸਾਡਾ ਸਭ ਤੋਂ ਪੁਰਾਣਾ ਖੁੰਡ ਪੁਰਾਣਾ ਸੀਨੀਅਰ ਸਭ ਤੋਂ ਸੀਨੀਅਰ ਹੈ ਨਾ ਸਭ ਤੋਂ ਸੀਨੀਅਰ ਨਹੀਂ ਜੂੜਾ ਬੋਲ ਇਹਨੂੰ ਰਾਜੂ ਜੂੜੇ ਵਾਲਾ ਅੱਗੇ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਸਾਡੇ ਪ੍ਰੋਫੈਸਰ ਸਾਹਿਬ ਰਵੀ ਕਾਲੀਆ ਤੇ ਖੱਲਾ ਦੇ ਹੁਣ ਤੇ ਨਾਲ ਸਾਡੇ ਭਾਬੀ ਜੀ ਆਏ ਨੇ ਕਰਮਜੀਤ ਕੰਮੋ ਜੀ ਇੱਧਰ ਨਹੀਂ ਉੱਧਰ ਰਾਜੂ ਜਲਾਲ ਜੀ ਜੋੜੀ ਇੱਧਰ ਹੈ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲਿਖਦੇ ਬਹੁਤ ਸੋਹਣਾ ਨੇ ਸਾਡੇ ਨਾਲ ਇਹ ਵੀ ਪੜ੍ਹਦੇ ਹੁੰਦੇ ਸੀ ਇਕੱਠੇ ਹੈ ਨਾ ਸਾਰੇ ਦੇ ਇਹਨਾਂ ਦਾ ਬੇਟਾ ਸਭ ਤੋਂ ਵੱਡਾ ਸਾਡੇ ਤੋਂ ਸੀਨੀਅਰ ਗਰੁੱਪ ਇਹੀ ਆ ਬੇਟਾ ਵੀ ਨਾਲ ਐਡਾ ਹੋ ਗਿਆ 11-12-13 ਸਾਲ ਦਾ ਕਿੰਨੇ ਸਾਲ ਦਾ ਗਿਆ 17 ਸਾਲ ਦਾ ਹੈ ਨਾ ਗੁਨੀਆ ਪੁੱਤ ਸਾਡਾ ਸੁੱਤਾ ਉੱਠਿਆ ਦੇਖ ਰਿਹਾ ਵੀ ਕੀ ਹੋ ਰਿਹਾ ਗੁੰਨੇ ਹੈ ਤੇ ਬੇਬੇ ਸਾਡੀ ਹੈ ਜਸਮੀਨ ਜੱਸੀ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਬਾਰੇ ਤੁਸੀਂ ਸਪੈਸ਼ਲ ਕੀ ਕਹਿਣਾ ਚਾਹੋਗੇ ਅਸੀਂ ਐ ਕਹਿਣਾ ਚਾਹੁੰਦੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਪਿਆਰੇ ਪਿਆਰੇ ਬੱਚੇ ਜੋ ਮੈਂ ਮੇਰੇ ਹੱਥਾਂ ਵਿੱਚ ਪਲੇ ਮੇਰੇ ਨਾਲ ਬੱਚੇ ਨਾਲ ਖੇਡੇ ਮੈਨੂੰ ਬਹੁਤ ਪਿਆਰ ਕਰਦੇ ਸੀ ਪੁਰਾਣੇ ਸਾਥੀ ਕਲਾਕਾਰ ਅੱਜ ਪੁਰਾਣੇ ਆਏ ਨੇ ਬੜੀ ਵਧੀਆ ਗੱਲ ਆ ਬੋਲੇ ਕੋਈ ਨਾ ਬੋਲੇ ਆਜੋ ਜੀ ਪੁਰਾਣੇ ਸੱਜਣ ਮਿੱਤਰ ਕੁਛ ਆ ਰਹੇ ਨੇ ਹਜੇ ਅੱਜ ਬਣਾਇਆ ਸੀ ਵੀ ਸਾਰੇ ਜਾਣੇ ਇਕੱਠੇ ਹੋਈਏ ਖਾਸ ਕਰ ਤੇ ਇਹ ਮੇਰੇ ਕਾਲਜ ਟਾਈਮ ਦੇ ਗੌਰਮੈਂਟ ਰਜਿੰਦਰਾ ਕਾਲਜ ਬਠਿੰਡਾ ਅਤੇ ਰਜਿੰਦਰਾ ਕਾਲਜ ਵਾਲੇ ਜਿੰਨੇ ਵੀ ਦੋਸਤ ਮਿੱਤਰ ਨੇ ਉਹ ਪਲੀਜ਼ ਕਮੈਂਟ ਜ਼ਰੂਰ ਕਰਿਓ ਪਤਾ ਲੱਗੂ ਹਾਜ਼ਰੀ ਲਵਾਇਓ ਜਦ ਨਹੀਂ ਮਿਲ ਸਕੇ ਜਿਹੜੇ ਸੱਜਣ ਮਿੱਤਰ ਅਤੇ ਮੱਕਰ ਸਿੰਘ ਲੁਧਿਆਣੇ ਵਾਲੇ ਆੜੇ ਸਾਡੇ ਬਾਹਰ ਲਾਈਵ ਦੇਖ ਰਹੇ ਨੇ ਖੜ੍ਹੇ ਹੋਏ ਇੱਕ ਪੁਰਾਣਾ ਸਾਥੀ ਸਾਡਾ ਰਹਿ ਗਿਆ ਸੀ ਜਿਹੜਾ ਸਭ ਤੋਂ ਪਛਾਣ ਜਸਪ੍ਰੀਤ ਚਹਿਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਰ ਮੋਟਾ ਥੋੜ੍ਹਾ ਜ਼ਿਆਦਾ ਹੋ ਗਿਆ ਸੰਗਦਾ ਇਸ ਕਰਕੇ ਅਤੇ ਥੋੜ੍ਹੀ ਦੇਰ ਬਾਅਦ ਫਿਰ ਸੁਣਾਉਂਦੇ ਹਾਂ ਤੁਹਾਨੂੰ ਜੀ ਤਾਂ ਮਹਿਫਲ ਲਾਉਣ ਲੱਗੇ ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ